ਪੰਜਾਬ ਦੇ ਵਿੱਚ ਸਰਕਾਰ ਤਾਂ ਬਦਲੀ ਹੈ ਪਰ ਕਿਸਾਨਾਂ ਦੇ ਹਾਲਾਤ ਬਦਲਣ ਦਾ ਨਾਮ ਨਹੀਂ ਲੈ ਰਹੇ। ਕਿਸਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਮੰਡੀਆਂ ਦੇ ਵਿੱਚ ਰੁਲਣਾ ਪੈ ਰਿਹਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੰਡੀਆਂ ਦੇ ਵਿੱਚੋਂ ਅਨਾਜ ਦੀ ਲੋਡਿੰਗ ਸੰਬੰਧੀ ਕੀਤੇ ਜਾ ਰਹੇ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਨੇ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਹੀ ਆਲਮ ਹੈ। ਫਰੀਦਕੋਟ ਦੀ ਦਾਣਾ ਮੰਡੀ ਦੇ ਵਿੱਚ ਵੀ ਲੋਡਿੰਗ ਦਾ ਬੁਰਾ ਹਾਲ ਹੈ। ਲਿਫਟਿੰਗ ਰੈਗੂਲਰਲੀ ਹੋ ਰਹੀ ਹੈ, ਆਲਮੋਸਟ ਜਿਤਨੀ ਵੀ ਅਰਾਈਵਲ ਹੈ ਉਸਕੀ 60% ਲਿਫਟਿੰਗ ਹੋ ਚੁੱਕੀ ਹੈ। ਕਭੀ ਕਭੀ ਜੋ ਟਰੱਕਸ ਕੀ ਜੈਸੇ ਮੰਨ ਲੀਜੀਏ ਟਰੱਕਸ ਕੀ ਪੋਜੀਸ਼ਨ ਕੇ ਹਿਸਾਬ ਸੇ ਯਾ ਜੋ ਆਪਣੇ ਗੋਡਾਊਨਸ ਮੇ ਸਪੇਸ ਕੇ ਹਿਸਾਬ ਸੇ ਕਭੀ ਕਭੀ ਲਿਫਟਿੰਗ ਮੇ ਥੋੜਾ ਪ੍ਰੋਬਲਮ ਆ ਜਾਤੀ ਹੈ, ਬਟ ਅਭੀ ਯੇ ਇਸ ਪੇ ਲਿਫਟਿੰਗ ਪੇ ਜ਼ਿਆਦਾ ਜ਼ੋਰ ਦਿਆ ਜਾਏਗਾ ਔਰ ਯੇ ਇਨਸ਼ੋਰ ਕੀ ਜਾਏਗੀ ਲਿਫਟਿੰਗ ਟਾਈਮ ਸੇ ਹੋ। ਨਹੀਂ ਯੇ ਤੋ ਅਭੀ ਆਪ ਯੇ ਤੋ ਸ਼ਿਕਾਇਤ ਜੋ ਅਭੀ ਤੱਕ ਧਿਆਨ ਮੇ ਨਹੀਂ ਆਈ ਹੈ, ਅਗਰ ਐਸੀ ਕੋਈ ਸ਼ਿਕਾਇਤ ਹੈ ਤਾਂ ਕੋਈ ਬਾਤ ਹੈ ਕਿ ਟਰੱਕ ਡਰਾਈਵਰ ਦੇ ਖਿਲਾਫ ਸ਼ਿਕਾਇਤ ਹੈ, ਅਗਰ ਅਸੀਂ ਤੁਸੀਂ ਜਾਂਚ ਕਰਵਾ ਲਈ ਜਾਏਗੀ ਜੋ ਟੈਂਡਰ ਜਿਸ ਕੋ ਦਿਆ ਹੋ ਉਸ ਪੁੱਛ ਲਿਆ ਜਾਏ। ਮੰਡੀ ਮੈਂ ਸਮਾਨ ਕਹਿਣਾ ਚਾਹਤੇ ਵੀ ਪਹਿਲਾਂ ਸਫਾਈ ਵੇਖ ਲਓ, ਜਿਹੜੋ ਕਹਿੰਦੇ ਸੀਗੇ ਵੀ ਮੰਡੀ ਮੈਂ ਸਫਾਈ ਬਹੁਤ ਜ਼ਿਆਦਾ ਜੀ, ਕਿਵੇਂ ਗੰਦੇ ਢੇਰ ਲੱਗੇ ਜੀ, ਬਾਕੀ ਕਣਕ ਵੇਖ ਲਓ ਕਿਸ ਤਰ੍ਹਾਂ ਮੰਡੀ ਦੇ ਵਿੱਚ ਪਈ ਹੈ ਜੀ, ਕੋਈ ਇਹਨਾਂ ਠੇਕੇਦਾਰਾਂ ਨੇ ਕਣਕ ਨਹੀਂ ਚੱਕੀ ਜੀ, ਜ਼ਿਮੀਂਦਾਰ ਹੁਣ ਲਾਉਣ ਵੱਲੋਂ ਮਜਬੂਰ ਹੋਇਆ ਖੜਾ, ਕਿੱਥੇ ਲਾਵੇ ਜੀ ਉਹ। ਇਹਨਾਂ ਨੂੰ ਕੈਪਟਨ ਨਾਲ ਬੇਨਤੀ ਹੈ ਕਿ ਉਦੋਂ ਤਾਂ ਕਹਿੰਦੇ ਸੀ ਅਸੀਂ ਐਂ ਕਰਤਾ ਇਹ ਕਰਤਾ, ਹੁਣ ਕੋਈ ਕਰੋ ਇਹਦਾ ਕੁਛ, ਜਿਵੇਂ ਗੱਟੀਆਂ ਢੇਰ ਲੱਗੇ ਪਏ ਆ, ਲਾਉਣ ਨੂੰ ਮਜਬੂਰ ਆ, ਕਣਕ ਕਿਤੇ ਵੀ ਥਾਂ ਹੈ ਨਹੀਂ ਗਾ ਮੰਡੀ ਦੇ ਵਿੱਚ। ਇਹ ਠੇਕੇਦਾਰ ਨੂੰ ਪੈਣਾ ਚਾਹੀਦਾ, ਜਿਹਨਾਂ ਨੇ ਠੇਕੇਦਾਰੀਆਂ ਲਈਆਂ ਹੁਣ ਚੱਕਦੇ ਕਿਉਂ ਨਹੀਂ ਗੱਟੇ, ਉਹਨਾਂ ਨੂੰ ਪੈਣੇ ਚਾਹੀਦੇ ਪਏ। ਲੋਡਿੰਗ ਨਹੀਂ ਹੋ ਰਹੀ ਹੈ, ਲੋਡਿੰਗ ਨਹੀਂ ਹੋ ਰਹੀ ਜੀ, ਉਦੋਂ ਕੱਟ ਕੇ ਇਹਨਾਂ ਨੇ ਲੈ ਲਿਆ ਠੇਕੇ, ਹੁਣ ਚੱਕ ਨਹੀਂ ਰਹੇ, ਹੁਣ ਜਿਵੇਂ ਢੇਰ ਲੱਗੇ ਪਏ ਸਾਰੀਆਂ ਮੰਡੀਆਂ ਦੇ ਵਿੱਚ ਜੀ। ਪੱਖਾ ਲਾ ਦਿਆ ਵੀ ਬਾਰਦਾਨਾ ਹੈ ਨਹੀਂ, ਆਹ ਦਿੱਕਤ ਹੈ, ਇੱਕ ਹੁਣ ਉੱਥੇ ਪਸ਼ੂ ਮਰਿਆ ਸੀ ਉਹ ਕਹਿ ਕੁਹਾ ਕੇ ਮੱਥਾ ਚੁਕਾਇਆ, ਲਸ਼ਕ ਪਿਆ ਮਾਰਦਾ ਸੀ। ਕਿਆ ਨਹੀਂ ਹੋ ਰਹੀ ਹੈ, ਲੋਡ ਹੋਊਗੀ ਵੀ ਆਹ ਤੁਹਾਨੂੰ ਦਿਸੀ ਜਾਂਦਾ ਜੀ, ਲੋਡਿੰਗ ਨਹੀਂ ਹੋ ਰਹੀ, ਰਸ਼ ਪਿਆ ਮੰਡੀ 'ਚ। ਕਿਆ ਚਾਹਤੇ ਆਪ? ਜਲਦੀ ਜਲਦੀ ਮਾਲ ਚੱਕਿਆ ਜਾਵੇ, ਜਿਵੇਂ ਜਿਵੇਂ ਜ਼ਿਮੀਂਦਾਰ ਆਉਣ ਨਾਲ ਦੀ ਨਾਲ ਚੱਕਿਆ ਜਾਵੇ, ਨਾ ਚੁਲ ਜੇ ਅਤੇ ਅਗਲਾ ਆਪਦਾ ਘਰ ਜਾਵੇ। ਸਰਕਾਰ ਦੇ ਇਹੀ ਮੰਗ ਕਰਦੇ ਜੀ, ਛੇ ਛੇ ਦੀ ਜਿਹੜੇ ਹੈਗੇ ਵਾਅਦੇ ਪੂਰੇ ਕਰੇ, ਮਾਲ ਤੁਲ ਜੇ, ਜ਼ਿਮੀਂਦਾਰਾਂ ਦੇ ਘਰ ਜਾਵੇ, ਇੱਥੇ ਦਾ ਮੋਟਾ ਮੋਟਾ ਮੱਛਰ ਹੈ, ਟਰਾਲੀ ਯੂਨੀਅਨ ਵਾਲੇ ਜਿੰਨੇ ਡਰਾਈਵਰ ਆ ਉਹ ਸਾਰੇ ਗੱਟਾ ਗੱਟਾ ਦਾਣਿਆਂ ਦਾ ਮੰਗਦੇ ਆ ਗੇੜੇ ਪਿੱਛੇ, ਅਤੇ ਉਹ ਕਹੀਂ ਕਿੱਥੋਂ ਕਿੱਥੋਂ ਦੇ ਦਈਏ ਇਹਨਾਂ ਨੂੰ। ਕੋਈ ਟਰੱਕਾਂ ਵਾਲੇ ਆ ਰਹੇ, ਸਾਰੇ ਟਰੱਕਾਂ ਵਾਲੇ ਗੇੜੇ ਦਾ 100-150 ਰੁਪਇਆ 200, ਉਹ ਵੀ ਗੇੜੇ ਦਾ ਮੰਗਦੇ ਆ। ਕੀ ਤੋਂ ਮੰਗਦੇ ਆ ਇਹ? ਉਹ ਲੇਬਰ ਵਾਲਿਆਂ ਕੋਲੋਂ ਮੰਗਦੇ ਆ, ਚੌਧਰੀਆਂ ਕੋਲੋਂ। ਸਾਡੀ ਮੰਗ ਇਹ ਹੈ ਜੀ, ਇਹਨਾਂ ਨੂੰ ਨੱਥ ਪਾਈ ਜਾਵੇ, ਇਹਨਾਂ ਨੂੰ ਕਿਹਾ ਜਾਵੇ ਮਾਲ ਚੱਕੋ ਆਪਦਾ, ਅੱਜ ਤੋਂ 12-13 ਦਿਨ ਹੋ ਗਏ ਜੀ, 12-13 ਦਿਨ ਤੋਂ ਬਾਅਦ ਕੋਈ ਇੱਕ ਗੱਟਾ ਨਹੀਂ ਚੱਕਿਆ ਕਿਸੇ ਦਾ। ਸਹੀ ਇੱਕਦਮ ਮਾਲ ਚੁੱਕਣ ਦੀ ਖਾਸ ਕਰਕੇ ਜ਼ਿਆਦਾ ਜੀ, ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਖਰਾਬ ਹੋਇਆ ਪਿਆ ਜੀ, ਨਾ ਕੋਈ ਟਾਲੀਆਂ ਮਿਲਦੀਆਂ, ਨਾ ਕੋਈ ਲੋਡਿੰਗ ਦਾ ਪ੍ਰਬੰਧ ਹੈਗਾ, ਲੇਬਰ ਵੀ ਸਾਡੀ ਮੰਗ ਤੰਗ ਕੇ ਲਿਆਈਦੀ, ਮਾਲ ਚੱਕੀ ਦਾ ਮੀਂਹ ਪੈ ਗਿਆ, ਮਾਲ ਕਿੰਨਾ ਖਰਾਬ ਹੋ ਜਾਂਦਾ, ਹੁਣ ਸਾਨੂੰ ਸਟੈਗ ਤਾਂਗਾਂ ਲਾਉਣੀਆਂ ਪੈਂਦੀਆਂ, ਪਹਿਲਾਂ ਅਸੀਂ 2.5 ਰੁਪਏ ਗੱਟਾ ਸਟੈਗ ਦਾ ਦਿੱਤਾ ਲਵਾਈ ਦਾ, ਹੁਣ ਟਰੈਕਟਰਾਂ ਵਾਲੇ ਕਹਿੰਦੇ ਮਾਲ ਤਾਂ ਚੱਕਾਂਗੇ, ਕਹਿੰਦੇ ਸਾਨੂੰ ਇੱਕ ਗੱਟਾ ਮੰਗ ਗੇੜੇ ਮੰਗ ਰਿਹਾ, ਅਸੀਂ ਕਿੱਧਰ ਨੂੰ ਜਾਈਏ, ਗਰੀਬ ਬੰਦੇ ਗਰੀਬ ਇਨਸਾਨ ਹੈ ਜੀ, ਰਾਤਾਂ ਨੂੰ ਜਾ ਕੇ ਇੱਥੋਂ ਦੇ ਆੜਤੀਏ ਵੀ ਕਿਸੇ ਕੰਮ ਦੇ ਨਹੀਂ ਗਏ, ਜਮ੍ਹਾਂ ਹੀ ਬਿਲਕੁਲ ਵੀ ਪ੍ਰਸ਼ਾਸਨ ਵਾਲੀ ਧਿਆਨ ਨਹੀਂ ਦਿੰਦੇ, ਵੀ ਅਸੀਂ ਇਹਨਾਂ ਨੂੰ ਜਾ ਕੇ ਕਹੀਏ, ਇਹਨਾਂ ਨੂੰ ਕਹੀਏ, ਠੇਕੇਦਾਰਾਂ ਨੂੰ ਕਹੀਏ ਮਾਲ ਚੁਕਾਈਏ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਰਿਪੋਰਟ, ਪਹਿਰੇਦਾਰ ਟੀਵੀ।